ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਮੈਂ ਮਨੀਸ਼, ਸਟੱਡੀ ਅਬਰਾਡ ਇਮੀਗ੍ਰੇਸ਼ਨ ਤੋਂ। ਸਟੂਡੈਂਟਸ ਇਸ ਟਾਈਮ 'ਤੇ ਕਾਫੀ ਕਨਫਿਊਜ਼ ਨੇ, ਖਾਸ ਕਰ ਉਹ ਜੋ ਸਪਾਊਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ। ਹੁਣ ਸਪਾਊਸ ਵੀਜ਼ਾ ਆਸਟ੍ਰੇਲੀਆ ਦੀ ਗੱਲ ਕਰੀਏ, ਇਸ ਟਾਈਮ 'ਤੇ ਕਾਫੀ ਸਖਤਾਈ ਹੈਗੀ ਹੈ, ਕਿਉਂਕਿ GT ਕੱਢਣ 'ਚ, ਐਡਮਿਸ਼ਨ ਕੱਢਣ 'ਚ ਦਿੱਕਤ ਆ ਰਹੀ ਹੈ। ਆਸਟ੍ਰੇਲੀਆ ਦੀ ਅਗਰ ਆਪਾਂ ਸਪਾਊਸ ਵੀਜ਼ਾ ਦੀ ਗੱਲ ਕਰੀਏ ਤਾਂ ਸਪਾਊਸ ਵੀਜ਼ਾ ਉਹਨਾਂ ਨੂੰ ਹੀ ਇਸ ਟਾਈਮ 'ਤੇ GT 'ਤੇ ਐਡਮਿਸ਼ਨ ਆ ਰਹੀ ਹੈ, ਜਿਹਨਾਂ ਦੇ ਵੀ 1 ਸਾਲ ਪੁਰਾਣੀ ਮੈਰਿਜ ਹੈ, ਸਪਾਊਸ ਦੀ ਜਿਹੜੀ ਹੈ ਗ੍ਰੈਜੂਏਸ਼ਨ ਹੈਗੀ ਹੈ, ਅਤੇ ਜੋ ਮੇਨ ਐਪਲੀਕੈਂਟ ਹੈਗੇ ਨੇ ਵੀ ਉਹਨਾਂ ਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਅਤੇ ਅਗਰ ਕੋਈ ਗੈਪ ਹੈਗਾ ਤਾਂ ਘੱਟੋ ਘੱਟ 6 ਮਹੀਨੇ ਦੀ ਸੈਲਰੀ ਅਕਾਊਂਟ 'ਚ ਆਉਣੀ ਚਾਹੀਦੀ ਹੈ। ਅਗਰ ਐਸੇ ਕੇਸਿਸ ਹੈਗੇ ਨੇ ਤਾਂ ਦੇਰ ਆਰ ਹਾਈ ਚਾਂਸਿਸ ਵੀ ਐਡਮਿਸ਼ਨ 'ਤੇ GT ਜਿਹੜੀ ਹੈਗੀ ਹੈ ਆਸਟ੍ਰੇਲੀਆ ਦੀ ਕਲੀਅਰ ਹੋ ਜਾਏਗੀ। ਅਦਰਵਾਈਜ਼ ਅਗਰ ਆਪਾਂ ਗੱਲ ਕਰੀਏ ਵੀ ਲਾਈਕ ਵੀ ਆਸਟ੍ਰੇਲੀਆ ਦੇ ਵਿੱਚ ਵੀ ਜਿਹਦੇ ਵਿੱਚ +2 ਤੋਂ ਬਾਅਦ ਪਹਿਲਾਂ ਜਿਵੇਂ ਸਪਾਊਸ ਦੀ ਫਾਈਲ ਲੱਗ ਜਾਂਦੀ ਸੀ, ਹੁਣ ਨਹੀਂ ਲੱਗ ਸਕਦੀ ਹੈਗੀ, ਅਤੇ ਫਿਰ ਗ੍ਰੈਜੂਏਸ਼ਨ ਜਾਂ ਕਈਆਂ ਨੇ ਮਾਸਟਰਸ ਕੀਤੀ ਹੁੰਦੀ ਹੈ, ਡਬਲ ਮਾਸਟਰਸ ਕੀਤੀ ਹੁੰਦੀ ਹੈ, ਫਰਦਰ ਵਰਕ ਐਕਸਪੀਰੀਅੰਸ 4-5 ਸਾਲ ਦੇ ਹੁੰਦੇ ਆ, ਉਹ ਪਹਿਲਾਂ ਫਾਈਲਾਂ ਲੱਗ ਜਾਂਦੀਆਂ ਸੀਗੀਆਂ। ਬਟ ਹੁਣ ਐਸੀਆਂ ਫਾਈਲਾਂ ਲੱਗਣ ਦੇ ਵਿੱਚ ਬਹੁਤ ਦਿੱਕਤ ਹੈਗੀ ਹੈ, ਵੀਜ਼ਾ ਆਉਣ ਦੇ ਚਾਂਸਿਸ ਅਤੇ GT ਨਿਕਲਣ ਦੇ ਚਾਂਸਿਸ, ਐਡਮਿਸ਼ਨ ਆਉਣ ਦੇ ਚਾਂਸਿਸ ਬਹੁਤ ਘੱਟ ਨੇ। ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਜੀ UK ਦੀ। UK ਦੀ ਹੁਣ ਇਸ ਟਾਈਮ 'ਤੇ ਸਭ ਨੂੰ ਪਤਾ ਵੀ ਡਿਸੰਬਰ ਲਾਸਟ ਇਨਟੇਕ ਸੀਗਾ ਸਪਾਊਸ ਵੀਜ਼ਾ ਵਾਸਤੇ, ਬਟ ਜਿਹੜੇ ਬੱਚੇ ਮੇਨ ਐਪਲੀਕੈਂਟ ਜਿਹੜੇ ਰਿਸਰਚ ਵਿੱਚ, ਮਾਸਟਰਸ ਬਾਏ ਰਿਸਰਚ ਵਿੱਚ ਅਪਲਾਈ ਕਰਦੇ ਨੇ, ਉਹ ਆਪਦੀ ਸਪਾਊਸ ਨੂੰ ਲੈ ਕੇ ਜਾ ਸਕਦੇ ਨੇ, ਬਟ ਉਹਦੀ ਐਂਟਰੀ ਰਿਕੁਆਇਰਮੈਂਟਸ ਕਾਫੀ ਹਾਈ ਰਹਿੰਦੀ ਹੈ। ਜ਼ਿਆਦਾਤਰ ਯੂਨੀਵਰਸਿਟੀ ਦੀ 6.5 ਨੋਟ ਲੈਸ ਦੈਨ 6 ਰਿਕੁਆਇਰਮੈਂਟਸ ਹੈਗੀਆਂ IELTS ਜਾਂ PT ਨੂੰ ਲੈ ਕੇ। ਇਸ ਕਰਕੇ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈਗਾ ਵੀ ਮਾਸਟਰਸ ਬਾਏ ਰਿਸਰਚ ਦੀ ਐਡਮਿਸ਼ਨ ਲੈਣੀ ਅਤੇ ਵੀਜ਼ਾ ਕੱਢਣਾ। ਬਟ ਜ਼ਿਆਦਾਤਰ ਜਿਹੜੇ ਕੰਸਲਟੈਂਟ ਵੀ ਜ਼ਿਆਦਾ ਨਹੀਂ ਕੰਮ ਕਰਦੇ, ਕਿਉਂਕਿ ਇਹਦੇ ਵਿੱਚ ਕਮਿਸ਼ਨਸ ਨਹੀਂ ਆਉਂਦੀਆਂ ਹੈਗੀਆਂ ਕੰਸਲਟੈਂਟਸ ਨੂੰ ਯੂਨੀਵਰਸਿਟੀ ਤਰਫੋਂ, ਅਤੇ ਇਸ ਕਰਕੇ ਇਹ ਵੀ ਇੱਕ ਡਰੋਬੈਕ ਹੈਗਾ। ਬਟ ਐਂਟਰੀ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਵੀ ਮਾਸਟਰ ਬਾਏ ਰਿਸਰਚ ਥੋੜ੍ਹੀ ਜ਼ਿਆਦਾ ਹੈਗੀ ਹੈ, ਅਤੇ ਸਿਰਫ ਮਾਸਟਰ ਬਾਏ ਰਿਸਰਚ ਹੀ ਐਸਾ ਆਪਸ਼ਨ ਹੈਗਾ ਜਿਹਦੇ ਵਿੱਚ ਹਸਬੈਂਡ ਅਤੇ ਵਾਈਫ ਇਕੱਠੇ ਜਾ ਸਕਦੇ ਨੇ UK ਦੇ ਵਿੱਚ। ਫਿਰ ਆ ਗਈ ਗੱਲ ਜੀ ਕੈਨੇਡਾ ਦੀ। ਕੈਨੇਡਾ ਦੇ ਵਿੱਚ ਸਪਾਊਸ ਇਕੱਠੇ ਅਪਲਾਈ ਕਰ ਸਕਦੇ ਨੇ, ਬਿਲਕੁਲ ਕਰ ਸਕਦੇ ਨੇ। ਘੱਟੋ ਘੱਟ ਮੈਰਿਜ ਜਿਹੜੀ ਹੈ ਤੁਹਾਡੀ 6 ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ, ਪਲੱਸ ਜਿਹੜੇ ਫੰਡਸ ਹੈਗੇ ਨੇ, ਤੁਹਾਨੂੰ 7-8 ਲੱਖ ਰੁਪਏ ਦੇ, 7 ਤੋਂ 8 ਲੱਖ ਰੁਪਏ ਦੇ ਦਿਖਾ ਦਿਓ ਫੰਡਸ, ਬਿਲਕੁਲ ਓਕੇ ਹੈ। ਤੁਹਾਨੂੰ ਜਿਹੜੀ ਫੈਮਿਲੀ ਇਨਕਮ ਹੈ ਘੱਟੋ ਘੱਟ ਨਹੀਂ ਤਾਂ 20-25 ਲੱਖ ਰੁਪਏ ਦੀ ਤੁਹਾਨੂੰ ਦਿਖਾਉਣੀ ਪਏਗੀ ਵੀ ਦੋਨੋਂ ਫੈਮਿਲੀਆਂ ਦੀ ਮਿਲਾ ਕੇ, ਅਤੇ ਵੀ ਮੇਨ ਐਪਲੀਕੈਂਟ ਜਿਹੜੇ ਹੈਗੇ ਨੇ ਉਹ ਤਾਂ ਜਾ ਰਹੇ ਨੇ, ਹਸਬੈਂਡ ਦੀ ਇਨਕਮ ਲਗਾਈ ਜਾ ਸਕਦੀ ਹੈ, ਹਸਬੈਂਡ ਦੇ ਪੇਰੈਂਟਸ ਦੀ ਇਨਕਮ ਲਗਾਈ ਜਾ ਸਕਦੀ ਹੈ, ਮੇਨ ਐਪਲੀਕੈਂਟ ਦੇ ਪੇਰੈਂਟਸ ਦੀ ਇਨਕਮ ਲਗਾਈ ਜਾ ਸਕਦੀ ਹੈ। ਅਗਰ ਹਸਬੈਂਡ ਬਾਅਦ 'ਚੋਂ ਅਪਲਾਈ ਕਰ ਰਹੇ ਨੇ, ਫੋਰ ਐਗਜ਼ਾਮਪਲ ਜਿਵੇਂ ਮੇਨ ਐਪਲੀਕੈਂਟ ਦਾ ਵੀਜ਼ਾ ਆ ਚੁੱਕਿਆ ਤਾਂ ਸਪਾਊਸ ਨੇ ਬਾਅਦ 'ਚੋਂ ਅਪਲਾਈ ਕਰਨਾ, ਉਹਦੇ ਵਿੱਚ 10-15 ਲੱਖ ਰੁਪਏ ਦੀ ਜਿਹੜੀ ਸਪਾਊਸ ਦੀ ਜਿਹੜੀ ਦੀ ਫੈਮਿਲੀ ਦੀ ਇਨਕਮ ਜਿਹੜੀ ਹੈ ਦਿਖਾਉਣੀ ਜ਼ਰੂਰੀ ਹੈ, ਪਲੱਸ 7-8 ਲੱਖ ਰੁਪਏ ਦੇ ਤੁਸੀਂ ਫੰਡਸ ਦਿਖਾ ਦਿਓ, 8 ਲੱਖ ਰੁਪਇਆ ਦਿਖਾਉਂਦੇ ਹੋ ਬਹੁਤ ਵਧੀਆ ਹੈਗਾ, 3 ਮਹੀਨੇ ਪੁਰਾਣੇ ਫੰਡਸ ਤੁਹਾਨੂੰ ਦਿਖਾਉਣੇ ਪੈਣਗੇ। ਅਗਰ ਤੁਸੀਂ ਬੱਚੇ ਦੇ ਨਾਲ ਅਪਲਾਈ ਕਰਨਾ ਚਾਹੁੰਦੇ ਹੋ ਆਪਣੇ ਨਾਲ, ਫਿਰ ਕੋਸ਼ਿਸ਼ ਕਰੋ ਵੀ ਘੱਟੋ ਘੱਟ 11-12 ਲੱਖ ਰੁਪਏ ਦੇ ਤੁਹਾਨੂੰ ਫੰਡ ਦਿਖਾਉਣੇ ਪੈਣਗੇ, ਵੀ ਹਸਬੈਂਡ ਅਤੇ ਬੱਚੇ ਦਾ ਜਿਹੜਾ ਵੀਜ਼ਾ ਹੈ ਉਹ ਵੀ ਲੱਗ ਸਕਦਾ ਹੈਗਾ। ਹਸਬੈਂਡ ਨੂੰ ਓਪਨ ਵਰਕ ਪਰਮਿਟ ਲੱਗੇਗਾ, ਅਤੇ ਜੋ ਬੱਚੇ ਦਾ ਵੀਜ਼ਾ ਹੈਗਾ ਉਹ ਟੂਰਿਸਟ ਵੀਜ਼ਾ ਲੱਗੇਗਾ, ਅਤੇ ਇਹਦੇ ਵਿੱਚ ਹਾਂ ਲੌਂਗ ਡਿਊਰੇਸ਼ਨ ਦਾ ਵੀਜ਼ਾ ਲੱਗ ਜਾਂਦਾ ਹੈ। ਸਿਮਿਲਰ ਵੀਜ਼ਾ ਤੁਹਾਨੂੰ ਮਿਲ ਜਾਏਗਾ ਜਿੰਨੀ ਡਿਊਰੇਸ਼ਨ ਦਾ ਤੁਹਾਡੀ ਮੇਨ ਐਪਲੀਕੈਂਟ ਦਾ ਵੀਜ਼ਾ ਹੈਗਾ, ਇਹ ਚੀਜ਼ ਦਾ ਜ਼ਰੂਰ ਇਹਦੇ 'ਚ ਫਾਇਦਾ ਰਹਿੰਦਾ ਹੈਗਾ। ਬਟ 3 ਮਹੀਨੇ ਪੁਰਾਣੇ ਫੰਡ, 6 ਮਹੀਨੇ ਪੁਰਾਣੀ ਮੈਰਿਜ ਜਿਹੜੀ ਹੈਗੀ ਹੈ ਇਹਦਾ ਜ਼ਰੂਰ ਤੁਸੀਂ ਧਿਆਨ ਰੱਖੋ। ਇਸ ਤੋਂ ਇਲਾਵਾ ਤੁਸੀਂ ਅਗਰ ਗੱਲ ਕਰੋ ਕਿਸੇ ਹੋਰ ਕੰਟਰੀ ਦੀ ਵੀ, ਜਿਵੇਂ ਆਪਾਂ ਮਾਲਟਾ ਦੀ ਗੱਲ ਕਰੀਏ, ਸਾਈਪ੍ਰਸ ਦੀ ਗੱਲ ਕਰੀਏ, ਦੁਬਈ ਦੀ ਗੱਲ ਕਰੀਏ, ਫਿਰ ਆਪਾਂ
ਲਾਈਕ ਕੋਈ ਯੂਰਪੀਅਨ ਕੰਟਰੀਜ਼ ਦੀ ਗੱਲ ਕਰੀਏ ਜਿਵੇਂ ਹੋਰ, ਅਤੇ ਇਹਦੇ ਵਿੱਚ ਵੀ ਕਈ ਕੰਟਰੀਜ਼ ਸਪਾਊਸ ਲੈਂਦੇ ਨੇ, ਕਈ ਨਹੀਂ ਲੈਂਦੇ, ਬਸ ਜ਼ਿਆਦਾਤਰ ਕਾਲਜਿਸ ਦਾ ਇਹੀ ਰਹਿੰਦਾ ਵੀ ਸਪਟੈਂਬਰ ਇਨਟੇਕ ਹੈ, ਜਿਵੇਂ ਯੂਰਪ ਦੇ ਵਿੱਚ ਸਪਟੈਂਬਰ ਇਨਟੇਕ ਹੈ, ਜਿਵੇਂ ਮਾਲਟਾ ਵਿੱਚ ਅਗਰ ਤੁਸੀਂ ਅਪਲਾਈ ਕਰਨਾ, ਸਾਈਪ੍ਰਸ 'ਚ ਅਪਲਾਈ ਕਰਨਾ, ਇਕੱਠੇ ਵੀ ਅਪਲਾਈ ਕਰ ਸਕਦੇ ਹੋ, ਬਟ ਹਰ ਇੱਕ ਕੰਟਰੀ ਦੀ ਐਂਟਰੀ ਰਿਕੁਆਇਰਮੈਂਟਸ ਡਿਫਰੈਂਟ ਹੁੰਦੀ ਹੈ, ਬਟ ਸਪਾਊਸ ਇਕੱਠੇ ਜਾ ਸਕਦੇ ਨੇ, ਕਾਫੀ ਕੰਟਰੀਜ਼ ਹੈਗੇ ਨੇ ਜਿਹਦੇ ਵਿੱਚ ਸਪਾਊਸ ਇਕੱਠੇ ਜਾ ਸਕਦੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਜਾਂ ਆਪਣਾ ਕੇਸ ਤੁਸੀਂ ਪਰਟੀਕੁਲਰ ਡਿਸਕਸ ਕਰਨਾ ਚਾਹੁੰਦੇ ਹੋ ਸਪਾਊਸ ਕੇਸ ਨੂੰ ਲੈ ਕੇ, ਜ਼ਰੂਰ ਸਾਡੀ ਕੰਪਨੀ ਨੂੰ ਕੰਟੈਕਟ ਕਰੋ ਇੱਕ ਵਾਰ, ਤੁਹਾਨੂੰ ਅਸੀਂ ਦੱਸਾਂਗੇ ਵੀ ਕਿਹੜੇ ਕੰਟਰੀ ਤੁਸੀਂ ਏਲੀਜੀਬਲ ਹੋ, ਕਿਹੜੇ ਕੰਟਰੀ ਤੁਸੀਂ ਇਕੱਠੇ ਜਾ ਸਕਦੇ ਹੋ, ਜਾਂ ਕਿਹੜੇ ਕੰਟਰੀ ਤੁਸੀਂ ਮੇਨ ਐਪਲੀਕੈਂਟ ਦਾ ਵੀਜ਼ਾ ਇੱਕ ਵਾਰੀ ਲੈ ਕੇ ਉਸ ਤੋਂ ਬਾਅਦ ਸਪਾਊਸ ਦਾ ਵੀਜ਼ਾ ਜਿਹੜਾ ਆਰਾਮ ਨਾਲ ਲੈ ਕੇ ਲੈ ਸਕਦੇ। ਇਸ ਤੋਂ ਇਲਾਵਾ ਕਾਫੀ ਸਟੂਡੈਂਟਸ ਇਹ ਵੀ ਹੁੰਦੇ ਨੇ ਵੀ ਜਿਹਨਾਂ ਨੂੰ ਹੁੰਦਾ ਵੀ ਮੇਨ ਐਪਲੀਕੈਂਟ ਪਹਿਲਾਂ ਚਲੇ ਜਾਣ, ਸਪਾਊਸ ਬਾਅਦ 'ਚ ਅਪਲਾਈ ਕਰ ਦੇਣਗੇ, ਬਟ ਉਹਦੇ ਵਿੱਚ ਇੱਕ ਚੀਜ਼ ਦਾ ਤੁਹਾਨੂੰ ਧਿਆਨ ਰੱਖਣਾ ਵੀ ਜਦੋਂ ਤੁਸੀਂ ਬਾਅਦ 'ਚੋਂ ਅਪਲਾਈ ਕਰਨੀ ਹੈ ਫਾਈਲ, ਉਹਦੀ ਜਿਹੜੀ ਡਾਕੂਮੈਂਟੇਸ਼ਨ ਹੈ ਤੁਸੀਂ ਪਹਿਲਾਂ ਹੀ ਤਿਆਰ ਕਰਕੇ ਰੱਖੋ, ਵੀ ਅਗਰ ਤੁਸੀਂ ਫਾਈਨੈਂਸ਼ੀਅਲ ਡਾਕੂਮੈਂਟ ਨੂੰ ਲੈ ਕੇ, ਇਨਕਮ ਦੇ ਡਾਕੂਮੈਂਟ ਨੂੰ ਲੈ ਕੇ, ਜਾਂ ਮੈਰਿਜ ਪਰੂਫ ਨੂੰ ਲੈ ਕੇ ਦੀ ਗੱਲ ਕਰੀਏ, ਜਾਂ ਮੇਨ ਐਪਲੀਕੈਂਟ ਤੋਂ ਬਾਅਦ ਜਿਹੜੇ ਸਪਾਊਸ ਜਾਣਾ ਚਾਹੁੰਦੇ ਨੇ ਉਹ ਕੀ ਕੰਮ ਕਰਦੇ ਨੇ, ਅਤੇ ਉਹਨਾਂ ਦਾ ਇਨਕਮ ਨੂੰ ਲੈ ਕੇ, ਉਹਨਾਂ ਦੇ ਵਰਕ ਐਕਸਪੀਰੀਅੰਸ ਨੂੰ ਲੈ ਕੇ ਵੀ ਅਗਰ ਤੁਸੀਂ ਡਾਕੂਮੈਂਟੇਸ਼ਨ ਤਿਆਰ ਕਰਨੀ ਹੈ, ਤਾਂ ਉਹ ਕਿਸ ਤਰੀਕੇ ਨਾਲ ਤੁਸੀਂ ਸਟਰੋਂਗਲੀ ਅਪਲਾਈ ਕਰ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਦੀ ਜਾਣਕਾਰੀ, ਅਤੇ ਜਿਹੜੇ ਪੇਪਰ ਵਰਕ ਨੂੰ ਐਡਵਾਂਸ ਦੇ ਵਿੱਚ ਕਿਵੇਂ ਤਿਆਰ ਕਰਨਾ, ਉਸ ਵਾਸਤੇ ਸਾਨੂੰ ਜ਼ਰੂਰ ਕੰਟੈਕਟ ਕਰੋ, ਤੁਹਾਨੂੰ ਅਸੀਂ ਦੱਸਾਂਗੇ ਵੀ ਅਗਰ ਬਾਅਦ 'ਚੋਂ ਵੀ ਤੁਸੀਂ ਫਾਈਲ ਲਗਾਉਣੀ ਹੈ ਤਾਂ ਤੁਸੀਂ ਕਿਸ ਤਰੀਕੇ ਨਾਲ ਆਪਣੀ ਪਹਿਲਾਂ ਡਾਕੂਮੈਂਟੇਸ਼ਨ ਤਿਆਰ ਕਰਕੇ ਉਹਨੂੰ ਸਹੀ ਉਹਨੂੰ ਟਰੈਕ 'ਤੇ ਲਿਆ ਕੇ, ਅਤੇ ਤੁਸੀਂ ਅੱਗੇ ਕੱਲ੍ਹ ਨੂੰ ਸਪਾਊਸ ਵੀਜ਼ਾ ਜਦੋਂ ਅਪਲਾਈ ਕਰਨਾ ਹੈ ਉਹਦੇ ਵਿੱਚ ਘੱਟੋ ਘੱਟ ਟਾਈਮ ਵੇਸਟ ਕਰਦੇ ਹੋਏ ਤੁਸੀਂ ਸਕਸੈਸਫੁਲੀ ਵੀਜ਼ਾ ਕਿਵੇਂ ਲੈ ਪਾਓਗੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਸੋ ਹੋਪਫੁਲੀ ਤੁਹਾਨੂੰ ਵੀਡੀਓ ਠੀਕ ਲੱਗੇਗਾ, ਅੱਛਾ ਲੱਗੇਗਾ, ਅਗਰ ਅੱਛਾ ਲੱਗਿਆ ਜ਼ਰੂਰ ਲਾਈਕ ਕਰਿਓ, ਕੋਈ ਕੁਐਸਚਨ ਹੋਏਗਾ ਤੁਹਾਡਾ ਵੀਡੀਓ ਨੂੰ ਲੈ ਕੇ ਜ਼ਰੂਰ ਕਮੈਂਟ ਸੈਕਸ਼ਨ 'ਚ ਲਿਖਿਓ, ਮੈਂ ਜਵਾਬ ਤੁਹਾਨੂੰ ਜ਼ਰੂਰ ਦੂੰਗਾ। ਥੈਂਕ ਯੂ ਜੀ।